पहला टैडी कबूतर फेल होया जी, यह टैडी पास है जी। मधे ਚਾਹੁੰਦੇ ਤੇ ਇੱਕ ਮੇਨ ਫਾਲਟ ਆ ਗਿਆ, ਬਦਨ ਬਦਨ ਦੀ ਹਰ ਚੀਜ਼ ਦੀ ਅੱਛੀ ਹੈ। ਇਹ ਪੰਜਾ ਠੀਕ ਨਹੀਂ ਹੈਗਾ, ਇਹਦਾ ਕਲਰ ਇਹਦਾ ਪੰਜੇ ਦਾ। ਅੱਛਾ ਜੀ, ਇਹ ਮੂਵਮੈਂਟ ਜ਼ਾਇਆ ਹੋ ਜਾਂਦਾ, ਇਹ ਜਿਹੜਾ ਪੰਜਾ ਹੈਗਾ ਜੀ 90% ਜਿਹੜਾ ਨਾ ਪਿੰਦੇ ਇਸ ਪੰਜੇ ਦੇ ਜ਼ਾਇਆ ਹੋ ਜਾਂਦੇ ਨੇ। ਇਹਨੂੰ ਬਿੱਲਾ ਪੰਜਾ ਕਹਿੰਦੇ ਤੁਸੀਂ? ਹਾਂਜੀ, ਅਸੀਂ ਲਿਆਦਿਆਂ ਨੂੰ ਜਿਹੜਾ ਨਾ ਰਿਜੈਕਟ ਕਰਦਾ ਇਸ ਲਈ। ਹਾਲਾਂਕਿ ਬਾਡੀ ਦੀ ਤੇ ਪਨਾ ਪੁਰਾਂ ਦੀ ਅੱਛੀ ਹੈ, ਲੇਕਿਨ ਇਹ ਨਹੀਂ ਹੈ, ਬੱਚੇ ਜ਼ਾਇਆ ਕਰੇਗੀ। ਪੰਜੇ ਦੀ ਮਜ਼ਬੂਤ ਨਹੀਂ ਹੈ ਜੀ, ਇਹਨੂੰ ਛੱਡ। ਇਹ ਖਰਾਬ ਹੋ ਗਿਆ। ਇਹ ਠੀਕ ਨਹੀਂ ਹੈ। दरमियाना कबूतर बहुत सुपर नहीं है, लेकिन काम कर जाएगा। इधर आने के बाद कट दीजिए। वही खराब कबूतर है। अच्छा जी, ताला के अखे की आखिर शो कराने, अख बहुत खूबसूरत है, यानी देखने वाला बंदा रही है। बहुत खूबसूरत है। हाँ जी, है भी टैडी कबूतर है। हाँ जी, हाँ ये भी खराब कबूतर आया, भी नहीं अच्छा है। पर होने दे, भी देख लो नुकसान में किस तरह ने, बॉडी बहुत खराब है। अच्छा जी, बॉडी पहले तुसी क्या खराब है? हाँ जी, पर भी खराब हो गए, कुदरती गल है जी। तुसी क्या? हाँ जी, हालांकि भी टैडी कबूतर है, अख बड़ी खूबसूरत है, वाइट अख का कबूतर है, लेकिन उड़न का कोई तल्लुक नहीं। रिजेक्ट हो गया। रंग रुंग भी बड़ा। हाँ जी, अख रंग बहुत खूबसूरत है, देख लो अख तो पूरा रंगिनटी भी है। अच्छा जी, खराब है। अच्छा जी, ਨੇ ਵੀ ਫਾਲਟ ਅੰਦਰ ਆ ਗਈ। ਹਾਂਜੀ, ਬੋਡੀ ਤੇ ਖਰਾਬ ਹੈ ਹੀ ਹੈ, ਉਹ ਦੱਸਦੀ ਆਪੀ। ਅੱਛਾ, ਦੁਮ ਵੀ ਇਹਦੀ ਦੇਖ ਲਓ, ਦੁਮ ਕਦਾ ਵੀ ਇਹਦਾ ਬੜਾ ਖਰਾਬ ਹੈ, ਇਹਦੇ ਪਰਾਂ ਦੀ ਵੀ ਖਰਾਬੀ ਹੈ। ਹੂੰ, ਤਿੰਨ ਤਿੰਨ ਨੁਕਸ ਨੇ। ਅੱਛਾ ਜੀ, ਫਾਇਨਾ ਆਇਓ ਆਇਓ ਵੀ ਨਹੀਂ ਸੀ ਸਾਹਿਬ, ਆਪਣੀ ਬਣਾਈ ਜਾ ਰਹਾ ਹੈ। ਅੱਛਾ ਜੀ, ਇਹ ਬੜਾ ਕਬੂਤਰ ਹੈ। ਅੱਛਾ ਜੀ, ਹੈ ਵੱਡੀ ਉਮਰ ਦਾ ਕਬੂਤਰ ਹੈ, ਲੇਕਿਨ ਸ਼ਾਨਦਾਰ ਕਬੂਤਰ ਹੈ। ਇਹਦਾ ਸ਼ੌਕ ਵੀ ਕਰਾਉਂਦੇ ਨੇ ਮਲਪਨੇ ਦੇ ਅੰਦਰ। ਅੱਛਾ ਜੀ, ਤੇ ਇਹਦਾ ਸ਼ੌਕ ਵੀ ਕਰਾਉਂਦੇ ਆ, ਬਹੁਤ ਮਜ਼ਾ ਆਇਆ ਕਬੂਤਰ ਦੇ ਕੇ। ਹੂੰ, ਕਿਧਰ ਆਉਂ ਦਾ ਜੀ, ਅੱਖ ਦਾ ਤੁਹਾਨੂੰ ਪਹਿਲੇ ਸ਼ੌਕ ਕਰਾਈਏ। ਬੜਾ ਨਸਲੀ ਕਬੂਤਰ ਹੈ ਜੀ, ਔਰ ਇਹਦੇ ਪਰ ਵੀ ਜੀ, ਪਰ ਔਰ ਤੀਲੀ ਲਾਜਵਾਬ ਹੈ। ਇਹ ਦੇਖੋ, ਅੱਛਾ ਦੋਸਤ ਇੱਕ ਚੀਜ਼ ਦੇਖ ਰਹੇ ਹੋਣਗੇ, ਅੱਗੇ ਪਰ ਖੋ ਰਹੇ ਸਨ ਅਤੇ ਉਹਨਾਂ ਦੇ ਐਂਡ ਵਾਲੇ ਇੰਜ ਨਹੀਂ, ਇੰਜ ਗੈਪ ਆ ਜਾਂਦਾ। ਦੇਖੋ ਜਿਸ ਤਰ੍ਹਾਂ ਮੇਰੀ ਉਂਗਲੀਆਂ, ਜੀ ਜੀ, ਇਹਦੇ ਮੈਂ ਦੇਖੋ ਪਰ ਖੋ ਰਿਹਾ। ਹਾਂਜੀ, ਬਿਲਕੁਲ ਲਾਕ ਨੇ ਇੱਕ ਦੂਸਰੇ ਦੇ ਨਾਲ ਪਰ ਜਿਹੜੇ ਨੇ ਨਾ, ਇਹਦੀ ਗ੍ਰਿਪ ਪਰ ਦੀ ਬਹੁਤ ਸ਼ਾਨਦਾਰ, ਇਹਦੀ ਤਿੱਲੀ ਬੜੀ ਲਾਜਵਾਬ ਹੈ, ਖਰਾਬੀ ਨਹੀਂ ਆ ਰਹੀ ਇਹਦੇ 'ਚ। ਸੁਪਰ ਕਬੂਤਰ ਹੈ, ਬਣਾਉਣ ਵਾਲਾ, ਉਡਾਉਣ ਵਾਲਾ, ਐਸੇ ਪਰਿੰਦੇ ਹੋਣੇ ਚਾਹੀਦੇ ਨੇ ਜੋੜਿਆਂ 'ਚ ਕਿ ਇਨਸਾਨ ਦਾ ਟਾਈਮ ਜ਼ਾਇਆ ਨਾ ਹੋਵੇ ਔਰ ਫਾਇਦਾ ਵੀ ਹੋਵੇ, ਸਾਡਾ ਸ਼ੌਕ ਪੂਰਾ ਕਰਾਉਣ। ਇਹਦੇ ਦੋ ਪਰ ਕੱਢ ਦਿਓ। ਪੰਛਾਹਤ ਨੇ ਜੀ, ਪੰਛਾਹਤ ਇਹ ਵੀ ਖਰਾਬ ਮਾਦੀ ਆ ਗਈ। ਅੱਛਾ ਜੀ, ਇਹ ਵੀ ਖਰਾਬ ਹੈ ਜੀ, ਬਹੁਤ ਖਰਾਬ ਹੈ।
ਬਦਨ ਦੀ ਤਾਂ ਹੈ ਹੀ ਖਰਾਬ, ਪਰ ਵੀ ਦੇਖੋ ਨਾ ਇਹਦੇ ਵੀ ਤਾਂ 1 2 3 ਜਿਹੜਾ ਤੁਸੀਂ ਕਹਿ ਰਹੇ ਸੋਨੇ, ਹਾਂਜੀ ਇਹ ਬਿਲਕੁਲ ਖਰਾਬ ਪਰ ਆ ਗਏ ਨੇ। ਅੱਖ ਦੀ ਬੜੀ ਖੂਬਸੂਰਤ ਲਾਲ ਅੱਖ ਦੀ ਗੂਟੀ ਰਿਜੈਕਟ ਹੋ ਗਈ ਜੀ। ਸੁਪਰ ਕਬੂਤਰ ਹੈ। ਅੱਛਾ ਜੀ ਸੁਪਰ ਕਲਾਸ ਕਬੂਤਰ ਜੇ, ਅੱਛਾ ਟੈਡੀ ਕਬੂਤਰ ਹੈ ਵੀ, ਜਿਹੜਾ ਕਮਜ਼ੋਰ ਕਮਜ਼ੋਰ ਹੋਇਆ ਪਰ ਪਰ ਦਿੱਲੀ ਦੇਖੋ ਕੈਸੀ ਲਾਜਵਾਬ ਹੈ। ਬਾਹਰ ਵਾਲੇ ਦੋ ਪਰ ਦੇਖੋ ਕਿਸ ਤਰ੍ਹਾਂ ਆਪਸ ਇਹਨਾਂ ਨੇ ਇੱਕ ਦੂਸਰੇ ਨੂੰ ਗ੍ਰਿਪ ਕੀਤਾ ਹੋਇਆ ਅਤੇ ਸ਼ਾਨਦਾਰ ਤੀਲੀ ਦਾ ਮਾਲਕ ਹੈ। ਯਾਨੀ ਇਸ ਤੀਲੀ ਦਾ ਪਰਿੰਦਾ ਮੈਂ ਆਪਣੀ ਲਾਈਫ 'ਚ ਕਦੀ ਸਫਾ ਨਿਕਲਦਾ ਨਹੀਂ ਦੇਖਿਆ। ਹਾਈ ਕਲਾਸ ਕਬੂਤਰ ਦਾ ਪੰਜਾ ਵੀ ਦੇਖੋ ਕੈਸਾ ਹਾਲ ਹੈ। ਉਸਤਾਦ ਇਲਮ ਦੀ ਕਿਤਾਬ ਹੈ ਜੀ। ਸਾਹ ਜੀ ਦੇਖੋ ਕਬੂਤਰ ਮਜ਼ੇਦਾਰ ਕਬੂਤਰ, ਜਿਹੜਾ ਨਾ ਇਹਦੇ ਅੰਦਰ ਕੀੜੇ ਹੈਗੇ ਨੇ ਕਮਜ਼ੋਰ ਪਿਆ। ਬਹੁਤ ਸ਼ਾਨਦਾਰ ਕਬੂਤਰ ਜੀ, ਕੋਈ ਗੱਲ ਨਹੀਂ ਹੈ ਸਰ। ਮੇਨ ਦੀ ਬਾਡੀ ਬੜੀ ਖਰਾਬ ਹੈ, ਖੁਦ ਉੱਡਣ ਵਾਲਾ ਨਹੀਂ ਹੈਗਾ। ਸਟੇਟ ਹੈ ਯਾਨੀ ਜੀ, ਸਟੇਟ ਹੱਡੀ ਦਾ ਜੀ, ਬਿਲਕੁਲ ਖਰਾਬ ਕਬੂਤਰ ਹੈ। ਲਾਲ ਦਾ ਕਬੂਤਰ ਗੋਲਡਨ, ਬੜਾ ਖੂਬਸੂਰਤ ਕਬੂਤਰ ਹੈ, ਲੇਕਿਨ ਕੁਆਲਿਟੀ ਵਾਲੀ ਕੋਈ ਇਹਦੀ ਚੀਜ਼ ਨਹੀਂ ਹੈਗੀ। ਖੂਬਸੂਰਤੀ ਖੂਬਸੂਰਤੀ ਹੈ ਇਹਦੇ, ਪਰ ਰੱਖ ਦੇਖਣ ਬਾਕੀ ਚੀਜ਼ਾਂ ਦੇਖਣ ਦੀ ਜ਼ਰੂਰਤ ਹੀ ਨਹੀਂ ਹੈਗੀ। ਬਾਡੀ ਅੱਡੀ ਤੁਸੀਂ ਨਹੀਂ ਦੇਖੀ, ਬੇਸ ਹੀ ਦੇਖ ਕੇ ਤੁਸੀਂ ਉਹਨੂੰ ਫੇਲ ਪਾਸ ਕਰਤਾ। ਇਹ ਵੀ ਖਰਾਬ ਹੈ, ਪਰ ਬਹੁਤ ਖਰਾਬ ਹੈ। ਯਾਨੀ ਇਹ ਪਰਿੰਦੇ ਅਸੀਂ ਨੇ ਖੁਦ ਉੱਡਦੇ ਹੋਣ ਅਤੇ ਖੁਦ ਕੋਈ 2-4 ਘੰਟੇ ਵੀ ਨਾ ਉੱਡਣ, ਇਸ ਤਰ੍ਹਾਂ ਦੇ ਦੇਖਦੇ। ਇਹ ਦੇਖੋ ਇੱਕ ਖੂਬਸੂਰਤ ਖੂਬਸੂਰਤ ਤਾਂ ਬਹੁਤ ਟੈਡੀ ਜੀ ਹੈ। ਉਹ ਦੇਖੋ ਇਹਦੀ ਅੱਖ ਦੇ, ਇਹ ਠੀਕ ਨਹੀਂ ਹੈ ਤਾਂ। ਹਾਂਜੀ ਸਾਹਿਬ ਜੀ, ਇਹ ਵੀ ਬੜਾ ਖਰਾਬ ਕਬੂਤਰ ਹੈ। ਅੱਛਾ ਜੀ, ਹੁਣ ਇਹਦੇ ਵੀ ਤੁਹਾਨੂੰ ਦੱਸੋ ਚੀਜ਼ਾਂ ਜੀ ਬਿਲਕੁਲ ਦਿਖਾਓ ਜੀ। ਇਹਦੀ ਦੁੰਮ ਵੀ ਦੇਖ ਸਕਦੇ ਤੁਸੀਂ, ਪਰ ਦੁੰਮ ਕਦੇ ਹੀ ਬੜਾ ਭਾਰਾ ਹੈ। ਇਹਦੇ ਭਾਰ ਹੀ ਦੇਖੋ ਤੁਸੀਂ। ਹਾਂਜੀ ਉਹ ਪਰ ਕਿੱਥੇ ਚਾਰ ਬਹੁਤ ਵਾਇਆ। ਇਸ ਪਰ ਦਾ ਕਬੂਤਰ ਨਾ ਜ਼ੋਰ ਜ਼ਿਆਦਾ ਲੱਗਦਾ ਜੀ ਦੌੜਦਾ, ਅਤੇ ਥੱਕ ਕੇ ਜਲਦੀ ਡਿੱਗ ਪੈਂਦਾ, ਕੱਟ ਜਾਂਦੇ ਨੇ ਕਬੂਤਰ। ਚਲੇ ਸਾਰੇ ਜਾਂਦੇ ਨੇ, ਪਰਿੰਦੇ ਦਾ ਕੰਮ ਹੈ ਜਦੋਂ ਜਿਹੜਾ ਉੜਦਾ ਉਹਦੀ ਜ਼ਿੰਦਗੀ ਥੋੜ੍ਹੀ ਹੁੰਦੀ ਚਲਾ ਜਾਂਦਾ, ਲੇਕਿਨ ਇਹ ਡੈਫੀਨੇਟ ਜਾਂਦੇ ਨੇ। ਉਹ ਬਾਕੀ ਕੋਈ ਸੂੜੀ ਪਾਈਏ, ਕੋਈ ਪੀ ਪਾਈਏ, ਲੱਗੜ ਪਾਈਏ, ਮੌਸਮ ਪਾਈਏ, ਜਾਣਾ ਇਹਨਾਂ ਦਾ ਕੰਮ ਹੈ, ਲੇਕਿਨ ਇਹ ਡੈਫੀਨੇਟ ਜ਼ਾਇਆ ਹੁੰਦੇ ਨੇ, ਇਹ ਖਰਾਬੀ ਪੈਦਾ ਕਰਦੇ ਨੇ ਕਬੂਤਰ। ਯਾਨੀ ਕਿ ਵਾਪਸੀਆਂ ਇੰਨੀਆਂ ਨਹੀਂ ਇੰਨਾ ਚਾਹੀਦੀਆਂ, ਪੀ ਖੋੜੇ ਨਹੀਂ ਹੈਗੇ। ਯਾਨੀ ਹਾਂਜੀ ਹੁਣ ਇਹ ਵੀ ਖਰਾਬ ਆਇਆ ਕਬੂਤਰ, ਅੱਛਾ ਕਬੂਤਰ ਨਹੀਂ ਆਇਆ। ਖਰਾਬ ਪਰਿੰਦਾ ਜਿਹੜਾ ਨਾ ਉਹ ਖਰਾਬੀ ਪੈਦਾ ਕਰਦਾ, ਇਹਦੇ ਦੇਖੋ ਤੁਹਾਨੂੰ ਪਤਾ ਸਹੀ ਜੀ। ਹਾਂਜੀ ਉਹ ਪਰ ਦਾ ਮਾਇਆ ਆ ਗਿਆ ਜੀ, ਦੇਖੋ ਅੱਖ ਦੀ ਹਾਲਾਂਕਿ ਬੜੀ ਖੂਬਸੂਰਤ ਹੈ, ਬੜੀ ਖੂਬਸੂਰਤ, ਲੇਕਿਨ ਫਾਲਟ ਕਾਫੀ ਨੇ ਇਹਦੇ, ਫੇਲ ਹੋ ਗਏ। ਹਾਂਜੀ ਸ਼ਾਨਦਾਰ ਮਾਦੀ ਹੈ ਜੀ, ਬਿਹਤਰੀਨ ਦੇਖੋ ਅੱਲਾਹ ਦੀ ਕੁਦਰਤ ਹੈ। ਇਹਦੀ ਦੇਖੋ ਬਗਲ ਔਰ ਪਰ ਕੈਸਾ। ਹਾਂਜੀ ਯਾਰ ਪਰ ਦਾ ਚੜਾ ਬਿਲਕੁਲ ਇੱਕ ਦੂਸਰੇ ਨਾਲ ਲਾਕ ਦੇ ਪਰ ਜੁੜੇ ਨੇ। ਹਾਂਜੀ ਇਹ ਬਗਲ ਹੈ ਜੀ, ਇਹਦਾ ਪਹਿਲਾ ਪਰ ਵੀ ਦੇਖੋ ਨਾ ਬਗਲ ਨਾ ਉੱਤੇ, ਬਗਲ ਬੜੀ ਸ਼ਾਨਦਾਰ ਹੈ ਔਰ ਕੈਸਾ ਜ਼ਬਰਦਸਤ ਏਅਰ ਗੈਪ ਨਹੀਂ ਪੈਦਾ ਹੋ ਰਿਹਾ ਇੱਥੇ ਬਗਲ। ਪਹਿਲਾ ਪਰ ਬਗਲ ਤੋਂ ਕਮਰ ਦੇ ਉੱਤੇ ਦੇਖੋ ਕਿੰਨੇ 4-5 ਪਰ ਚੜ੍ਹੇ ਨੇ, ਘੱਟ ਭਰਿੰਦਿਆਂ ਦੀ ਖਾਸੀਅਤ ਹੁੰਦੀ। ਹੁਣ ਇਹ ਦੇਖੋ ਮੈਂ ਪਰ ਕਿੰਨਾ ਜ਼ਿਆਦਾ ਖੁੱਲਿਆ ਹੈ, ਇਹਦੇ ਪਰਾਂ 'ਚੋਂ ਗੈਪ ਨਹੀਂ ਪੈਦਾ ਹੋ ਰਿਹਾ ਜਿਹੜਾ ਦੂਸਰੇ ਕਬੂਤਰਾਂ ਦੇ ਵਿੱਚ ਹੋ ਰਿਹਾ ਸੀ, ਜਿਹਨੂੰ ਅਸੀਂ ਏਅਰ ਗੈਪ ਕਹਿੰਦੇ ਹਾਂ। ਸ਼ਾਨਦਾਰ ਬਾਡੀ ਦੀ ਮਾਲਕ ਔਰ ਬੜੀ ਖੂਬ ਮਾਦੀ ਹੈ ਜੀ, ਜੋੜਨ ਵਾਸਤੇ ਡਾਨ ਵਾਸਤੇ ਇਸ ਤਰ੍ਹਾਂ ਦੇ ਪਰਿੰਦੇ ਹੋਣੇ ਚਾਹੀਦੇ ਨੇ। ਇਹ ਵੀ ਤੁਹਾਡਾ ਸ਼ੌਕ ਰਹਿੰਦਾ ਸਾਰਾ, ਇਹਦੇ ਪਰ 2 ਕੱਢ ਦੇਣਾ।
ਖੂਬਸੂਰਤ ਬੜਾ ਲੇਕਿਨ ਇਹਦੇ ਜੋੜ ਜੂੜ ਖਰਾਬ ਨੇ ਜਿਹੜੇ ਕੱਟ ਜਾਂਦੇ ਨਾ ਕਬੂਤਰ ਹਾਂਜੀ ਜੋੜ ਹੋਈ ਨਹੀਂ ਫਿਰ ਪਰਾਂ ਜੀ ਉਹ ਵੀ ਚੀਜ਼ ਆ ਗਈ ਸਾਰਾ ਟੈਡੀ ਕਬੂਤਰ ਹਾਂਜੀ ਆ ਕੁੱਖ ਤੇ ਬੜੀ ਦੇਖਣਾ ਪਰ ਵੀ ਖਰਾਬ ਹੀ ਨੇ ਮਜ਼ਾ ਆ ਗਿਆ ਮਾਦੀ ਅੱਛਾ ਹੀ ਅੱਛਾ ਦਿਲ ਖੁਸ਼ ਕਰਦਾ ਇਸ ਮਾਦੀ ਨੇ ਅਸਲ ਨਾਲ ਜਿਹੜਾ ਏ ਪਲੱਸ ਕੈਟਾਗਰੀ ਹੁੰਦੀ ਹੋਇਆ ਕਬੂਤਰੀ ਜਿਹਨੂੰ ਤੁਸੀਂ ਕਹਿ ਸਕਦੇ ਹੋ ਬਹੁਤ ਸੁਪਰ ਸੁਪਰ ਯਾਨੀ ਕਿ ਮਜ਼ਾ ਆ ਗਿਆ ਕਬੂਤਰੀ ਅੱਛਾ ਹੀ ਸਾਰਾ ਦੇਸ਼ ਮਾਦੀ ਆ ਗਿਆ ਦੋ ਰਿਪਰਾਂ ਦਾ ਸ਼ੌਕ ਲੈ ਜਾਂਦਾ ਸ਼ਾਨਦਾਰ ਪ੍ਰਤੀਨਿਧੀ ਦੀ ਮਾਲਕ ਹੈ ਜੀ ਸਹੀ ਹੈ ਹਾਂਜੀ ਔਰ ਬਹੁਤ ਖਰੀ ਟੈਡੀ ਮਾਦੀ ਹੈ ਨਸਲ ਬਣਾਉਣ ਵਾਲੀ ਕਬੂਤਰੀ ਹੈ